ਚੱਟੀਏ ਪੰਜਾਬ ਦੀਏ ਹੱਥ ਕਰਵਾਤੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਯੂਪੀ ਤੱਕ ਫਿਰਦਾ ਏ ਸਾਰੇ ਹਿਲਦੇ ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਦੇਖਿਆ ਲਫੇੜਾ ਵਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਦੇਖਿਆ ਲਫੇੜਾ ਵਜਿਆ ਪੂਰੀ ਜ਼ਿੰਮੇਵਾਰੀ ਬਣਦੀ ਪੰਜਾਬ ਦੀ ਸਾਂਭਾ ਕੇ ਪੂਰੀ ਤਰੀਕੇ ਨਾਲ ਕੱਢ ਦੇਣ ਮੈਂ ਕਿੰਨਾ ਨੌਕਰੀ ਤੋਂ ਉਹਨਾਂ ਨੇ ਇੰਨਾ ਮੇਰੇ ਖਿਆਲ ਚ ਜਦੋਂ ਬੰਦੇ ਚ ਉਹ ਅਣਖ ਹੀ ਸੀ ਬਿਲਕੁਲ ਅਣਖੀ ਇੱਕ ਬਲੱਡ ਹੁੰਦਾ ਨਾ ਗੈਰਤੀ ਜਿਹੜਾ ਅੰਦਰ ਹੁੰਦਾ ਉਹ ਚੀਜ਼ ਸੀ ਉਹਨਾਂ ਚ ਤੇ ਉਹਨਾਂ ਨੇ ਇੱਕ ਦਿਖਾਇਆ ਕਰਕੇ ਤੇ ਪੰਜਾਬ ਸਾਡਾ ਬਹੁਤ ਭਾਈ ਖੁੱਲਾ ਹੀ ਦਿਲਦਾ ਸਾਂਭ ਲੂਗਾ ਕੋਈ ਚੱਕਰ ਹੀ ਨਹੀਂ ਨੌਕਰੀ ਨੌਕਰੀਆਂ ਕੀ ਚੀਜ਼ ਹੁੰਦੀਆਂ ਨੇ ਇਹ ਢੀ ਨੌਕਰੀ ਲੈਣੀ ਬੜੀ ਔਖੀ ਗੱਲ ਐ ਕਿੱਥੇ ਭਰਤੀਆਂ ਮਿਲਦੀਆਂ ਇੰਨਾ ਦੌੜ ਭੱਜ ਕਰਨੀ ਪੈਂਦੀ ਐ ਕਿੰਨੇ ਪੇਪਰ ਕਰਨੇ ਪੈਂਦੇ ਆ ਫਿਰ ਜਾ ਕੇ ਇਦਾਂ ਦੀ ਨੌਕਰੀ ਮਿਲਦੀ ਸਰਕਾਰੀ ਨੌਕਰੀ ਸੌਖੀ ਮਿਲਦੀ ਐ ਔਰ ਪੰਜਾਬ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਹੁਣ ਉਹ ਕੁੜੀ ਨੂੰ ਆ ਸਾਡੀ ਭੈਣ ਨੂੰ ਔਰ ਉਹਦੀ ਪੂਰੀ ਸਪੋਰਟ ਕਰਨਾ ਜੱਥੇ ਬੰਦੀਆਂ ਪੂਰੀਆਂ ਅਗਰ ਜਿੱਥੇ ਤੱਕ ਹੋ ਸਕਦੀ ਐ ਮੈਂ ਕਹਿੰਦਾ ਪੰਜਾਬ 'ਚ ਦੇਣ ਨੌਕਰੀਆਂ ਨੂੰ ਲਿਆ ਕੇ ਉਸ ਤੋਂ ਚੰਡੀਗੜ੍ਹ ਹਵਾਈ ਅੱਡੇ ਤੇ ਕੰਗਨਾਰ ਨੌਦ ਦੇ ਥੱਪੜ ਵੱਜਿਆ ਮਾਰਨ ਵਾਲੀ ਕੁੜੀ ਦਾ ਨਾਮ ਹੈ ਕੁਲਵਿੰਦਰ ਕੌਰ ਸੀਆਈਐਸਐਫ ਦੇ ਵਿੱਚ ਤਾਇਨਾਤ ਸੀ ਔਰ ਉਸ ਤੋਂ ਬਾਅਦ ਸ਼ੁਰੂਆਤੀ ਰੁਝਾਨਾ ਨੇ ਸ਼ੁਰੂ ਹੋ ਚੁੱਕੇ ਸੀ ਇਸ ਵਕਤ ਇੱਕ ਖਬਰ ਨੈਸ਼ਨਲੀ ਤੇ ਇੰਟਰਨੈਸ਼ਨਲੀ ਇਸ ਤਰੀਕੇ ਦੇ ਨਾਲ ਫੈਲ ਚੁੱਕੀ ਹੈ ਕਿ ਦੋ ਧੜੇ ਬਣ ਚੁੱਕੇ ਆ ਇੱਕ ਧੜਾ ਉਹ ਹੈ ਜੋ ਇਸ ਨੂੰ ਸੈਲੀਬ੍ਰੇਟ ਕਰਦਾ ਪਿਆ ਜੋ ਕਹਿੰਦਾ ਪਿਆ ਕਿ ਕੁਲਵਿੰਦਰ ਕੌਰ ਉਹ ਸ਼ੇਰਨੀ ਹੈ ਜਿਨਨੇ ਬਦਲਾ ਲੈ ਲਿਆ ਬਦਲੇ ਤੋਂ ਭਾਵੇਂ ਆ ਕਿ ਕੰਗਨਾਰ ਰਣੋਤ ਨੇ ਇਹ ਕਿਹਾ ਸੀਗਾ ਕਿ ਜੋ ਮਾਵਾਂ ਸਾਡੀਆਂ ਧਰਨੇ ਤੇ ਬੈਠੀਆਂ ਸੀਗੀਆਂ ਕਿਸਾਨ ਮੋਰਚੇ 'ਚ ਬੈਠੀਆਂ ਸੀਗੀਆਂ ਉਹ ਪੈਸੇ ਦੇ ਕੇ ਲਿਆਈਆਂ ਗਈਆਂ ਸੀਗੀਆਂ ਔਰ ਦੂਜਾ ਧੜਾਓ ਹੈ ਜੋ ਇਸ ਨੂੰ ਸਹੀ ਨਹੀਂ ਮੰਨਦਾ ਪਿਆ ਉਹ ਕਹਿੰਦਾ ਪਿਆ ਕਿ ਇਹਦੇ ਨਾਲ ਗਲਤ ਚੀਜ਼ਾਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਸਭ ਦੇ ਵਿੱਚ ਹੈਰੀ ਤਨੋਆ ਨੇ ਗੀਤ ਲਿਖਿਆ ਔਰ ਉਹ ਗੀਤ ਅੱਗ ਤਰ੍ਹਾਂ ਸੋਸ਼ਲ ਮੀਡੀਆ ਤੇ ਫੈਲ ਚੁੱਕਾ ਹੈ ਹਰੀ ਤਨੂਆ ਮੇਰੇ ਨਾਲ ਨੇ ਇਸ ਸਬੱਬ ਕਿਵੇਂ ਬਣਿਆ ਹਰੀ ਤੋ ਜਾਣਦੇ ਆ ਹਰੀ ਤੁਸੀਂ ਜਦੋਂ ਇਹ ਖਬਰ ਸੁਣੀ ਕਿ ਕੰਗਨਾਰਨੌਦ ਦੇ ਨਾਲ ਇਹ ਚੀਜ਼ ਵਾਪਰੀ ਹੈ ਚੰਡੀਗੜ੍ਹ ਹਵਾਈ ਅੱਡੇ ਤੇ ਹਾਂਜੀ ਤੇ ਤੁਹਾਡੇ ਦਿਮਾਗ ਦੇ ਵਿੱਚ ਕਿਹੜੇ ਖਿਆਲ ਆਏ ਭਾਜੀ ਜਦੋਂ ਵੀ ਆਪਾਂ ਮੈਂ ਇਹ ਮੰਨਦਾ ਕਿ ਜਿਹੜੀ ਆਪਾਂ ਕਿਸੇ ਵੀ ਚੀਜ਼ ਦੀ ਲਫ਼ਜ਼ ਦੀ ਜਿਹੜੀ ਮਾਰ ਹੁੰਦੀ ਨਾ ਬੜੀ ਮਾੜੀ ਹੁੰਦੀ ਹੈ ਕਿਉਂਕਿ ਕੰਗਨਾ ਨਰਾਵਜਾ ਇੱਕ ਬਿਆਨ ਇੱਕ ਵਾਰ ਹੀ ਨਹੀਂ ਕਈ ਵਾਰੀ ਦੱਸਦਾ ਆ ਕਿ ਜਿਹੜਾ ਨਾ ਅੰਦਰ ਤੱਕ ਆਪਾਂ ਨੂੰ ਪਰੇਸ਼ਾਨ ਕਰਦਾ ਸੀ ਤੇ ਉਹ ਚੀਜ਼ ਜਿੱਦਾਂ ਕਿ ਉਹਨੂੰ ਜਿਵੇਂ ਗੁੱਸਾ ਆ ਜਿਹੜੀ ਚੀਜ਼ ਤੇ ਉਹ ਜਿਵੇਂ ਉਹਨੇ ਸਟੈਪ ਚੱਕਿਆ ਉਹਦੇ ਵਿੱਚ ਮੈਨੂੰ ਜਿਵੇਂ ਤੁਹਾਨੂੰ ਕਿਸੇ ਨੇ ਭੇਜਿਆਵੇਂ ਮੈਨੂੰ ਭੇਜਿਆ ਤੇ ਅੱਗੇ ਵੀ ਮੈਂ ਗਾਉਂਦਾ ਰਹਿਣਾ ਮੈਂ ਜਿਵੇਂ ਕੋਈ ਇਦਾਂ ਦਾ ਮੁੱਦਾ ਆਏ ਜਿਹੜਾ ਮੈਨੂੰ ਲੱਗੇ ਕਿ ਸਾਡੇ ਪੰਜਾਬੀਆਂ ਦੀ ਕੋਈ ਇਚ ਸ਼ਾਨ ਆਇਆ ਕੋਈ ਵਧੀਆ ਚੀਜ਼ ਹੋਈ ਹੈ ਤੇ ਉਦਾਂ ਤੇ ਮੈਨੂੰ ਆਮਦ ਹੋਈ ਤੇ ਮੈਂ ਨਾਲ ਦੀ ਨਾਲ ਉਹ ਗਾਣਾ ਪਾਤਾ ਤੇ ਜਿੱਦਾਂ ਹੀ ਮੈਂ ਪਾਇਆ ਉਦਾਂ ਹੀ ਫਿਰ ਉਹ ਵਾਇਰਲ ਹੋ ਗਿਆ ਬੜੀ ਜਲਦੀ ਕਿਉ ਤੇ ਉਹ ਚੀਜ਼ ਬੜੀ ਵਧੀਆ ਲੱਗੀ ਲੋਕਾਂ ਨੂੰ ਤੇ ਉਹ ਸ਼ੇਅਰ ਹੋ ਗਈ। ਕਿਵੇਂ ਕਈ ਵਾਰੀ ਜਿਹੜਾ ਆਰਟਿਸਟ ਹੁੰਦਾ ਉਹਨੂੰ ਸ਼ਬਦ ਜਿਹੜੇ ਹੁੰਦੇ ਆ ਉਹ ਆਮਦ ਹੁੰਦੇ ਆ ਉੱਪਰੋਂ ਹੀ ਧੋਰੋਂ ਉੱਪਰੋਂ ਹੀ ਕੋਈ ਚੀਜ਼ ਜਿਹੜੀ ਹੁੰਦੀ ਆ ਜ਼ੈਨ ਦੇ ਵਿੱਚ ਉਤਰਦੀ ਫਿਰ ਉਹ ਤੁਸੀਂ ਲਿਖਾਵਟ ਦੇ ਵਿੱਚ ਉਸ ਨੂੰ ਉਤਾਰ ਦਿੰਨੇ ਹੋ। ਕੀ ਸੀਗੇ ਬੋਲ ਮੈਂ ਚਾਹਣਾ ਸਾਡੇ ਦਰਸ਼ਕਾਂ ਨੂੰ ਸੁਣਾਉ ਤੁਸੀ। ਹਾਂਜੀ ਉਹ ਬੋਲ ਇਦਾਂ ਸੀ ਭਾਜੀ ਬੈਠੇ ਹੀ ਲਿਖਿਆ ਸੀ ਜਿਆਦਾ ਹੁਣ ਮੈਂ ਇੱਕ ਦਾ ਇੱਕ ਵਾਰ ਜੀ ਗਾ ਕੇ ਮੈਨੂੰ ਯਾਦ ਵੀ ਸ਼ਾਇਦ ਨਾ ਹੋਵੇ ਮੈਂ ਸੁਣਾ ਦਿੰਨਾ ਕਿ ਉਹ ਜੱਟੀਏ ਪੰਜਾਬ ਦੀਏ ਹੱਥ ਕਰਵਾਤੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਯੂਪੀ ਤੱਕ ਫਿਰਦਾ ਏ ਓਏ ਸਾਰੇ ਹਿਲਦੇ ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਦੇਖਿਆ ਲਫੇੜਾ ਵੱਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਦੇਖਿਆ ਲਫੇੜਾ ਵੱਜਿਆ ਬੜੇ ਠੋਕੂਏ ਤਰੀਕੇ ਨਾਲ ਤੁਸੀਂ ਇਹ ਪੈਰਾ ਲਿਖਿਆ ਹੈਗਾ ਵਾ ਪ੍ਰਭਾਈ ਐਸਸੀ ਨੂੰ ਲੈ ਕੇ ਨਾ ਦੋ ਧੜੇ ਬਾਜੀਆਂ ਇੱਕ ਧੜਾ ਉਹ ਐ ਜਿਹੜਾ ਪੰਜਾਬੀ ਅਸੀਂ ਪੰਜਾਬੀਆਂ ਜਦੋਂ ਕੰਗਣਾ ਰਣੌਦ ਬੋਲਦੀ ਸੀਗੀ ਬੋਲਦੀ ਸੀਗੀ ਬੰਬੇ ਦੇ ਵਿੱਚ ਬੈਠ ਕੇ ਟਵੀਟ ਕਰ ਦਿੰਦੀ ਸੀਗੀ ਸਾਡਾ ਦਿਲ ਦੁਖਦਾ ਸੀਗਾ ਕਿ ਯਾਰ ਸਾਡੀਆਂ ਮਾਵਾਂ ਬਾਰੇ ਕੀ ਬੋਲਦੀ ਪਈ ਐ ਹੈ ਔਰ ਇਹ ਉਹ ਕਹਿ ਲੋ ਕਿ ਹੁਣ ਐਮਪੀ ਚੁਣੀ ਗਈ ਐ ਜਿਸ ਨੂੰ ਸ਼ਾਇਦ ਪੰਜਾਬ ਦੀ ਹਿਸਟਰੀ ਜਾਂ ਹਿਸਟੋਰੀਕਲ ਬੈਕਗ੍ਰਾਉਂਡ ਬਾਰੇ ਇਤਿਹਾਸ ਬਾਰੇ ਨਹੀਂ ਜਾਣਕਾਰੀ ਐ ਕਿ ਸਾਡੀ ਰਗਾ ਦੇ ਵਿੱਚ ਜਿਹੜਾ ਲਹੂ ਦੌੜਦਾ ਉਹ ਕੋਈ ਮਾਮੂਲੀ ਨਹੀਂ ਹੈਗਾ ਉਹ ਗੈਰ ਮਾਮੂਲੀ ਲਹੂ ਹੈ ਤੁਸੀਂ ਜਿਹੜਾ ਦੂਜਾ ਧੜਾ ਹੈਗਾ ਜਿਹੜਾ ਇਸ ਨੂੰ ਖਾਲਸਤਾਨੀ ਐਂਗਲ ਦਿੰਦਾ ਪਿਆ ਜਿਹੜਾ ਇਸ ਨੂੰ ਇਹ ਕਹਿੰਦਾ ਪਿਆ ਹੈਗਾ ਕਿ ਜ਼ਰੂਰੀ ਹੈ ਕਿ ਕੁਲਵਿੰਦਰ ਕੌਰ ਤੋਂ ਕੋਈ ਸਖਤ ਤੋਂ ਸਖਤ ਕਾਰਵਾਈ ਹੋਵੇ ਨਹੀਂ ਤਾਂ ਇਸ ਚੀਜ਼ ਨੂੰ ਇੰਨੀ ਕੁ ਸ਼ਾਇ ਮਿਲ ਜੇ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਹੋਰ ਵੱਧ ਤੋਂ ਵੱਧਰ ਹੋ ਜਾਏਗਾ ਨਹੀਂ ਭਾਜੀ ਦੇਖੋ ਇਹਨਾ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ੱਤਕਾ ਹੁੰਦਾ ਆ। ਦੇਖੋ ਪਹਿਲੀ ਗੱਲ ਇਹ ਜੋ ਕਿਸਾਨ ਅੰਦੋਲਨ ਦੇ ਵਿੱਚ ਭਾਈ ਤੁਸੀਂ ਵੀ ਉੱਥੇ ਤੁਹਾਨੂੰ ਮੈਂ ਬੜਾ ਐਕਟਿਵ ਦੇਖਿਆ ਉੱਥੇ। ਮੈਂ ਵੀ ਉੱਥੇ ਬਹੁਤ ਰਿਹਾ ਪਰ ਆਪਾਂ ਨੂੰ ਮੈਨੂੰ ਉੱਥੇ ਕੋਈ ਖਾਲਿਸਤਾਨ ਮੂਵਮੈਂਟ ਨਹੀਂ ਲੱਗਾ। ਕਿਉਂਕਿ ਜਿਹੜੀ ਚੀਜ਼ ਅਸੀਂ ਮੰਗ ਸੀ ਕਿ ਹੁਣ ਉਹਨੂੰ ਆਪਣੇ ਆਪਣੀ ਮੰਗ ਨੂੰ ਖਰਾਬ ਕਰ ਲਈ ਸਾਡੀ ਛਵੀ ਖਰਾਬ ਕਰ ਲਈ ਖਾਲਿਸਤਾਨ ਕਹਿ ਦਿੰਦੇ ਖਾਲਿਸਤਾਨੀ ਕਹਿੰਦੇ ਸਾਨੂੰ ਕੀ ਪੰਜਾਬ 'ਚ ਅਸੀਂ ਓਕੇ ਰਿਪੋਰਟਰ ਰਹੇ ਆਂ, ਇੰਡੀਆ 'ਚ ਰਹੇ ਆਂ ਕੋਈ ਪਰੇਸ਼ਾਨੀ ਥੋੜੀ ਹੈ ਸਾਨੂੰ। ਇਹ ਹੁਣ ਕੁਲਵਿੰਦਰ ਕੌਰ ਨੂੰ ਕਈ ਲੋਕ ਜਿਹੜੇ ਹਰੀ ਹੈ ਖਾਲਸਤਾਨੀ ਠੀਕ ਸਤਾਨ ਮਤਲਬ ਪਿਓਰ ਪਾਇਸ ਤੇ ਕਈ ਜਣ ਕਈ ਜੇ ਮੈਨਾਂ ਹੋਰ ਕਈ ਜਣ ਖਾਲਸਤਾਨੀ ਖਾਲਸਤਾਨੀ ਵਰਲਡ ਕੋਈ ਮਾੜਾ ਥੋੜੀ ਅਸੀਂ ਕਿਉਂ ਡਰੀਏ ਖਾਲਸਤਾਨੀ ਜੁਕਨ ਪਰ ਇਹ ਸਭ ਦੇ ਵਿੱਚ ਵੀਰੇ ਅਸੀਂ ਵੇਖਦੇ ਹੈਗੇ ਆ ਕਿ ਜਦੋਂ ਪੰਜਾਬੀ ਕੋਈ ਇਹੋ ਜਿਹਾ ਸਟੈਪ ਚੁੱਕਦਾ ਜਿਵੇਂ ਕੁਲਵਿੰਦਰ ਕੌਰ ਕਹ ਰਹੀ ਕਿ ਮੇਰੀ ਮਾਂ ਉੱਥੇ ਬੈਠੀ ਸੀਗੀ ਇੰਨੇ 100-100 ਰੁਪਏ ਦੀ ਗੱਲ ਕੀਤੀ ਸੀਗੀ ਕੰਗਣਾ ਰਣੌਤ ਦੇ ਹੁਣ ਉਹਦੇ ਤੇ ਐਫ ਆਈ ਆਰ ਵੀ ਹੋ ਗਈ ਕੁਲਵਿੰਦਰ ਕੌਰ ਦੇ ਉੱਤੇ ਔਰ ਉੱਤੇ ਉਹਨੂੰ ਸ਼ਾਇਦ ਸਸਪੈਂਡ ਵੀ ਕਰ ਦਿੱਤਾ ਗਿਆ ਹੈਗਾ ਔਰ ਉੱਤੇ ਸ਼ਾਇਦ ਉਹਨੂੰ ਉਹਨੂੰ ਨੌਕਰੀ ਤੋਂ ਮੈਨੂੰ ਲੱਗਦਾ ਹੈਗਾ ਕੱਢ ਹੀ ਦੇਣਗੇ ਇੱਕ ਸਾਡੇ ਜਿਸ ਤ ਇਸ ਸਬਦ ਦੇ ਵਿੱਚ ਪੰਜਾਬੀਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਭਾਜੀ ਪੂਰੀ ਜ਼ਿੰਮੇਵਾਰੀ ਬਣਦੀ ਪੰਜਾਬ ਦੀ ਸਾਂਭਾਗੇ ਪੂਰੀ ਤਰੀਕੇ ਨਾਲ ਕੱਢ ਦੇਣ ਮੈਂ ਕਿੰਨਾ ਨੌਕਰੀ ਤੋਂ ਉਹਨਾਂ ਨੇ ਇੰਨਾ ਮੇਰੇ ਖਿਆਲ ਚ ਜਦੋਂ ਬੰਦੇ ਚ ਉਹ ਅਣਖੀ ਸੀ ਮਤਲਬ ਅਣਖੀ ਇੱਕ ਬਲੱਡ ਹੁੰਦਾ ਨਾ ਗੈਰਤੀ ਜਿਹੜਾ ਅੰਦਰ ਹੁੰਦਾ ਹੈ ਉਹ ਚੀਜ਼ ਸੀ ਉਹਨਾਂ ਚ ਤੇ ਉਹਨਾਂ ਨੇ ਇੱਕ ਦਿਖਾਇਆ ਕਰਕੇ ਤੇ ਪੰਜਾਬ ਸਾਡਾ ਬਹੁਤ ਭਾਜੀ ਖੁੱਲਾ ਦਿਲਦਾ ਹੈ ਸਾਂਭ ਲੂਗਾ ਕੋਈ ਚੈੱਕ ਕਰ ਹੀ ਨਹੀਂ ਨੌਕਰੀ ਨੌਕਰੀਆਂ ਕੀ ਚੀਜ਼ ਹੁੰਦੀਆਂ ਨੇ ਇਹੋ ਜਿਹੇ ਲੋਕਾਂ ਦੇ ਉੱਤੇ ਵੀ ਕੁਝ ਤੁਹਾਡੇ ਤੁਸੀਂ ਲਿਖਿਆ ਕਦੀ ਕਿ ਜਿਹੜੇ ਇਹੋ ਜਿਹੇ ਗੈਰਤਮੰਦ ਲੋਕ ਹੁੰਦੇ ਆ ਕਦੀ ਤੁਸੀਂ ਉਹਨਾਂ ਤੇ ਵੀ ਕੁਝ ਇਹੋ ਜਿਹਾ ਲਿਖੀ ਭਾਜੀ ਮੈਂ ਮੈਨੂੰ ਖੁਦ ਕਰਦੀ ਹੈ ਕਿ ਪਛਾਣ ਬਣ ਜਾਂਦੀ ਹੈ ਭਾਜੀ ਮੈਂ ਤਾਂ ਕਦੀ ਜਦੋਂ ਮੈਨੂੰ ਕੋਈ ਮੁੱਦਾ ਤਾਂ ਲੱਗਦਾ ਸੀ ਮੈਂ ਗਾਉਂਦਾ ਸੀ ਪਰ ਹੁਣ ਲੋਕ ਮੈਨੂੰ ਉਦਾਂ ਹੀ ਦੇਖਣਾ ਚਾਹੁੰਦੇ ਆ ਕਿ ਤੂੰ ਕੀ ਮੁੱਦੇ ਤੇ ਗਾਉਂਦਾ ਹੈ ਹਰੀ ਧਨਵਾ ਤੇ ਮੁੱਦੇ ਦੀ ਗੀਤ ਗਾਏ ਤੇ ਉਹੀ ਚੀਜ਼ਾਂ ਚੱਲ ਜਾਂਦੀਆਂ ਭਾਜੀ ਇਹੋ ਜਿਹਾ ਇਨਕਲਾਬੀ ਗੀਤ ਇਸ ਵਕਤ ਜ਼ਹਿਨ ਚ ਆ ਰਹੇ ਹੈਗੇ ਜੋ ਪਹਿਲਾਂ ਵੀ ਕਦੀ ਗਾਇਆ ਹੋਵੇ ਭਾਜੀ ਬਹੁਤ ਵਾਰੀ ਗਾਏ ਆ ਹੁਣ ਇਸ ਟਾਈਮ ਕਿੰਨਾ ਇੱਕਦਮ ਮੈਨੂੰ ਯਾਦ ਨਹੀਂ ਕਿ ਕਿੰਨੇ ਕੇ ਗੀਤ ਮੈਂ ਗਾਤੇ ਆ ਹੁਣ ਸਰਬਜੀਤ ਭਾਈ ਤੇ ਵੀ ਮੈਂ ਗਾਇਆ ਅੰਮ੍ਰਿਤਪਾਲ ਤੇ ਵੀ ਮੈਂ ਗਾਇਆ ਅੰਮ੍ਰਿਤ ਗਾਇਆ ਸਰਬਜੀਤ ਖਾਲਸਾ ਹੋਰਾਂ ਤੇ ਕਿ ਕਿ ਹੋ ਕਿੱਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਨੀ ਐ ਗੱਲ ਬਈ ਸਰਬਜੀਤ ਵੀਰ ਦੀ ਕਿੱਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਨੀ ਐ ਗੱਲ ਓਏ ਸਰਬਜੀਤ ਵੀਰ ਦੀ ਨਕਲਾਕਾਰ ਦੇਖਦੇ ਲੱਗਦਾ ਏ ਵੇਕ ਗਏ ਨਕਲਾਕਾਰ ਦੇਖਦੇ ਲੱਗਦਾ ਏ ਵੇਕ ਗਏ ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ چیرਦੀ ਕਿੱਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਹੁਣ ਸਾਡੇ ਸਰਬਜੀਤ ਖਾਲਸਾ ਫਰੀਦਕੋਟ ਤੋਂ ਐਮਪੀ ਬਣ ਕੇ ਉੱਥੇ ਜਾ ਰਹੇ ਅਮਰਿਤਪਾਲ ਖੜੂਰ ਸਾਹਿਬ ਤੋਂ ਐਮਪੀ ਚੁਣੇ ਗਏ ਹੈਗੇ ਆ ਦੂਜੇ ਪਾਸੇ ਹਮਾਚਲ ਤੋਂ ਇਹ ਮੈਡਮ ਐਮਪੀ ਚੁਣੇ ਗਏ ਹੈ ਐ ਵੀ ਐਮਪੀ ਚੁਣੇ ਗਏ ਉਹਨੂੰ ਉੱਥੇ ਜਦੋਂ ਸਾਡੇ ਜਿਹੜੇ ਮਤਲਬ ਕਿ ਇੱਕ ਲਹਿਰ ਚ ਉੱਠੇ ਹੋਏ ਪਰਿਵਾਰ ਸੀਗੇ ਜਿਨ੍ਹਾਂ ਦਾ ਯੋਗਦਾਨ ਰਿਆ ਪੰਜਾਬ ਦੇ ਵਿੱਚ ਜਾਂ ਉਸ ਦੌਰ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਯੋਗਦਾਨ ਰਿਆ ਆਮੋ ਸਾਹਮਣੇ ਜਦੋਂ ਹੋਣਗੇ ਤੇ ਕੰਗਰ ਨੌਤ ਨੂੰ ਇਹ ਨਹੀਂ ਸਮਝ ਲੱਗੇਗੀ ਕਿ ਹਾਂ ਵੀ ਇਹ ਵੀ ਤਾਂ ਐਮਪੀ ਚੁਣ ਕੇ ਆਏ ਮੇਰੇ ਵਰਗੇ ਬਿਲਕੁਲ ਭਾਜੀ ਇਹ ਚੀਜ਼ ਦੇਖੋ ਮੈਨੂੰ ਤਾਂ ਸੀਗਾ ਵੀ ਦੇਖੋ ਜਦੋਂ ਸਪੋਰਟ ਦੇ ਦੋ ਆ ਸਰਬਜੀਤ ਵੀਰ ਦੀ ਕੀਤੀ ਸੀ ਨਾ ਉਦੋਂ ਕੋਈ ਕਲਾਕਾਰ ਨਹੀਂ ਕਰ ਰਿਹਾ ਸੀ ਮੈਂ ਕਲਾਕਾਰਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਕਲਾਕਾਰਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ ਥੋੜੀ ਬਹੁਤ ਤਾਂ ਬਣਦੀ ਹੈ ਜਿਆਦਾ ਨਹੀਂ ਬਣਦੀ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਸੀ ਮੈਂ ਕਰ ਲਈ ਕੋਈ ਮੈਂ ਬਹੁਤ ਵੱਡਾ ਕੰਮ ਨਹੀਂ ਕੀਤਾ ਮੇਰਾ ਦਿਲ ਕਰਦਾ ਸੀ ਪਰ ਜਿਵੇਂ ਹੁਣ ਜਿੱਤ ਕੇ ਜਾਣਗੇ ਨਾ ਇੱਕ ਇੱਕ ਅੰਦਰ ਪਾਵਰ ਬੰਦੇ ਦੇ ਵੈਸੇ ਆ ਜਾਂਦੀ ਹੈ ਇੱਕ ਤਾਂ ਉਹਨਾਂ ਦੇ ਦੇਖੋ ਛੋਕੜ ਕੀ ਉਹਨਾਂ ਦਾ ਸਰਬਜੀਤ ਭਾਈ ਦਾ ਉਹ ਉਦੋਂ ਫਿਰ سپورਟ ਉਹਨਾਂ ਨੂੰ ਮਿਲ ਜੇ ਪਾਵਰ ਹੱਥ ਆਈ ਤੇ ਗੱਲਬਾਤ ਬੰਦੇ ਦੀ ਵੱਖਰੀ ਹੋ ਜਾਂਦੀ ਹੈ ਤੇ ਉੱਤੇ ਜਾ ਕੇ ਜਦੋਂ ਬੋਲਣਗੇ ਤੇ ਮਜ਼ਾ ਆਊਗਾ ਹੁਣ ਪੰਜਾਬੀਆਂ ਨੂੰ ਕੋਈ ਪੈਗਾਮ ਕੋਈ ਸੰਦੇਸ਼ ਕੋਈ ਮੈਸੇਜ ਇਹੋ ਜਿਹਾ ਦੋਵੋਗੇ ਕਿ ਵੀ ਕੁਲਵਿੰਦਰ ਕੌਰ ਨੇ ਆਪਦਾ ਕੰਮ ਕਰਤਾ ਹੈਗਾ ਵਾ ਹੁਣ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਨੌਜਵਾਨੀ ਜੋ ਹਲਾਸ਼ੇਰੀ ਦੇ ਰਹੀ ਸੋਸ਼ਲ ਮੀਡੀਆ ਤੇ ਬੈਠ ਕੇ ਗਰਾਊਂਡ ਤੇ ਜ਼ਮੀਨ ਤੇ ਉਤਰ ਕੇ ਹਕੀਕਤ ਦੇ ਵਿੱਚ ਕੁਲਵਿੰਦਰ ਕੌਰ ਦੇ ਨਾਲ ਤੇ ਉਹਦੇ ਪਰਿਵਾਰ ਦੇ ਨਾਲ ਕਿਵੇਂ ਖੜੇ ਹੋਣਗੇ ਦੇਖੋ ਪੰਜਾਬੀਆਂ ਨੂੰ ਵੀ ਔਰ ਜਿਹੜੇ ਆਪਣੇ ਜੱਥੇਬੰਦੀਆਂ ਨੇ ਨਾ ਇਹਨਾਂ ਨੂੰ ਜਿਵੇਂ ਹੁਣ ਪਹਿਲਾਂ ਇਕੱਠੇ ਇੱਕਠੇ ਰਹਿ ਕੇ ਕੰਮ ਕਰਨ ਹੁਣ ਇਹ ਨਾ ਹੋਈ ਵੀ ਜਥੇਬੰਦੀਆਂ ਆਪਣੀ ਆਪਣਾ ਦੇਖਣ ਪਰ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਦੇਖੋ ਇੱਕ ਐਡੀ ਨੌਕਰੀ ਲੈਣੀ ਬੜੀ ਔਖੀ ਗੱਲ ਹੈ ਕਿੱਥੇ ਭਰਤੀਆਂ ਮਿਲਦੀਆਂ ਇੰਨਾ ਦੌੜ ਭੱਜ ਕਰਨੀ ਪੈਂਦੀ ਹੈ ਕਿੰਨੇ ਪੇਪਰ ਕਰਨੇ ਪੈਂਦੇ ਆ ਫਿਰ ਜਾ ਕੇ ਐਦਾ ਦੀ ਨੌਕਰੀ ਮਿਲਦੀ ਸਰਕਾਰੀ ਨੌਕਰੀ ਸੌਖੀ ਮਿਲਦੀ ਹੈ ਔਰ ਪੰਜਾਬ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁਣ ਉਹ ਕੁੜੀ ਨੂੰ ਸਾਡੀ ਭੈਣ ਨੂੰ ਔਰ ਉਹਦੀ ਪੂਰੀ ਸਪੋਰਟ ਕਰਨਾ ਜਥੇਬੰਦੀਆਂ ਵੀ ਪੂਰੀਆਂ ਕਰ ਜਿੱਥੇ ਤੱਕ ਹੋ ਸਕਦੀ ਹੈ ਮੈਂ ਕਹਿੰਦਾ ਪੰਜਾਬ 'ਚ ਦੇਣ ਨੌਕਰੀਆਂ ਨੂੰ ਲਿਆ ਕੇ ਮਤਲਬ ਇਹ ਤੁਸੀਂ ਪੰਜਾਬ ਸਰਕਾਰ ਦੇ ਕੋਲੋਂ ਇੱਕ ਕਹਿ ਲਓ ਮੰਗ ਰੱਖ ਰਹੇ ਹੋ ਕਿ ਜੇ ਉਧਰ ਉਹਨੂੰ ਕੱਢ ਦਿੱਤਾ ਗਿਆ ਤਾਂ ਤੁਸੀਂ ਪੰਜਾਬ 'ਚ ਦੋ ਨੌਕਰੀ ਉਹਨੂੰ ਵੱਡੀ ਪੋਸਟ ਦੇਓ ਉਹ ਤੋਂ ਆ ਕੇ ਇੱਥੇ ਦਿਓ ਇੱਥੇ ਕਿਹੜੇ ਪੋਸਟ ਹੈ ਨਹੀਂ ਇੱਥੇ ਦੇਣ ਪੋਸਟ ਉਹਨੂੰ ਕੁੜੀ ਨੂੰ ਦੇਣ ਪੱਕਾ ਦੇਣ ਮੇਰੀ ਬਹੁਤ ਬਹੁਤ ਧੰਨਵਾਦ ਹਰੀ ਬਹੁਤ ਚੰਗਾ ਲਿਖਿਆ ਤੁਸੀਂ ਸੋ ਇਹ ਹਰੀ ਤੁਹਾਨੂੰ ਆ ਹਰੀ ਤੁਹਾਨੂੰ ਆ ਨੇ ਮਿੰਟਾਂ ਸੈਕਿੰਟਾਂ ਦੇ ਵਿੱਚ ਪੈਰਾ ਵੀ ਲਿਖਤਾ ਔਰ ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਸ਼ੁਰੂਆਤੀ ਰੁਝਾਨ ਆ ਨੇ ਸ਼ੁਰੂ ਹੋ ਗਏ ਸੀਗੇ ਜਦੋਂ ਕੰਗਨਾ ਦੇ ਨਾਲੇ ਵਾਰਦਾਤ ਹੋਈ ਇਹ ਕਾਂਡ ਹੋਇਆ 에어ਪੋਰਟ ਦੇ ਉੱਤੇ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਹਰ ਏਕ ਦਾ ਆਪਣਾ ਆਪਣਾ ਪੁਆਇੰਟ ਆਫ 视图 ਆਪਣਾ ਆਪਣਾ ਪਰਸਪੈਕਟਿਵ ਹੈ ਕਿਵੇਂ ਦਾ ਲੱਗਦਾ ਕਿਵੇਂ ਦਾ ਨਹੀਂ ਲੱਗਦਾ ਉਹ ਤੁਹਾਡੇ ਤੇ ਛੱਡਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਮੈਨੂੰ ਇਜਾਜ਼ਤ ਦਿਓ ਕੈਮਰਾ ਦੇ ਪਿੱਛੇ ਰਮਨੀਤ ਮੇਰਾ ਸਾਥ ਦੇ ਰਿਸੀਗੇ ਮੈਂ ਲੰਕੇਸ਼ ਤਰਖਾ ਐਡਰੈਸਡ ਦੇ ਲਈ ਹਜ਼ਰਤ ਮੈਂ ਤੁਹਾਡਾ ਆਪਣਾ ਕਾਸਦ ਲੰਕੇਸ਼ ਤਰਖਾ ਸਾਡੀ ਟੀਮ ਬਹੁਤ ਮਿਹਨਤ ਕਰਦੀ ਹੈ ਤੁਹਾਡੇ ਲਈ ਰਿਸਰਚ ਫੈਕਟਸ ਤੇ ਡੀਪ ਐਨਾਲਿਸਿਸ ਬੇਸਡ ਵੀਡੀਓ ਕੰਟੈਂਟ ਤਿਆਰ ਕਰਨ ਦੇ ਲਈ ਬੜੀ ਖੁਸ਼ੀ ਦੀ ਗੱਲ ਹੋਏਗੀ ਜੇ ਤੁਸੀਂ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾ ਦਿਓ ਤੇ ਜੇ ਇਹ ਵੀਡੀਓ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਲਾਈਕ ਕਰੋ ਤੇ ਫੋਲੋ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਨੂੰ WhatsApp ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਖੋਲੋ ਉਥੇ ਅਪਡੇਟਸ ਤੇ ਜਾਓ ਸਾਡੇ ਚੈਨਲ ਐਡਰੈਸ ਇੱਥ ਨੂੰ ਉਥੇ ਸਰਚ ਕਰੋ ਤੇ ਸਾਡੇ ਚੈਨਲ ਨੂੰ ਉਥੇ ਤੁਸੀਂ ਐਡ ਆਨ ਕਰ ਸਕਦੇ ਹੋ